ਜੀ ਸਤ ਸੰਗਤ ਜੀ, ਰਾਤ ਨੂੰ ਜਿਵੇਂ ਕਾਫੀ ਸਮਾਂ ਹੋ ਗਿਆ ਔਰ ਘੁੰਮਦਿਆਂ ਥੋੜ੍ਹਾ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਇਸ ਵੇਲੇ ਹੁਣ ਏਅਰਪੋਰਟ ਜਾਣ ਦੀ ਤਿਆਰੀ ਹੈ। ਸਿੰਘ ਤਿਆਰ ਨੇ ਜੀ, ਜਿਹੜੇ ਛੱਡਣ ਵਾਸਤੇ ਜਾ ਰਹੇ ਨੇ ਨਾਲ, ਅਤੇ ਜਿੱਥੇ ਏਅਰਪੋਰਟ ਜਾ ਰਹੇ ਹਾਂ ਅਤੇ ਤਕਰੀਬਨ 2 ਘੰਟੇ ਤੱਕ ਉੱਥੇ ਆਟੋਆਂ ਪਹੁੰਚਾਂਗੇ ਅਤੇ ਫਿਰ ਨਾਲ ਨਾਲ ਆਪਾਂ ਗੱਲਬਾਤ ਇਸ ਤਰ੍ਹਾਂ ਕਰਦੇ ਰਹਿਣਾ। ਅੱਜ ਦਾ ਵਲੋਗ ਇੱਥੋਂ ਚੱਲ ਰਹੇ ਹਾਂ ਇਸ ਵੇਲੇ ਅਤੇ ਫਿਰ ਟੋਰਾਂਟੋ ਸ਼ਾਮ ਤੱਕ ਪਹੁੰਚ ਜਾਵਾਂਗੇ ਅਤੇ ਰਾਤ ਦਾ ਕੀਰਤਨ ਉੱਥੇ ਹੈ ਜੀ। ਅਤੇ ਹੁਣ ਆਪਾਂ ਇੱਥੋਂ ਚੱਲਣ ਦੀ ਤਿਆਰੀ ਹੈ। ਚੰਗਾ ਸਿੰਘੋ, ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਥੇ ਦਾ ਮੇਨ ਜਿਹੜੇ ਪਹਿਲੇ ਲੋਕ ਰਹਿੰਦੇ ਸੀ ਉਹਨਾਂ ਦਾ ਹੈਗਾ ਹਨਾ ਸਾਰਾ ਕਲਚਰ। ਪੁਰਾਣੇ ਲੋਕ ਨੇ ਇੱਥੇ ਦੇ, ਆਹ ਦੇਖੋ ਜੀ ਆਹ ਸਾਰਾ ਕਲਚਰ ਇਹਨਾਂ ਦਾ ਜਿਹੜਾ ਪੁਰਾਣੇ ਲੋਕ ਸੀ। ਇਹ ਬਾਅਦ 'ਚ ਇਹਨਾਂ ਨੇ ਗੋਰਿਆਂ ਨੇ ਜਿਹੜੇ ਪੁਰਾਣੇ ਟਾਪੂਆਂ 'ਚ ਹਜੇ ਵੀ ਲੋਕ ਰਹਿੰਦੇ ਨੇ, ਉਹਨਾਂ ਨੇ ਹਜੇ ਵੀ ਆਪਣਾ ਜਿਹੜਾ ਕਲਚਰ ਹੈਗਾ ਸਾਂਭ ਕੇ ਰੱਖਿਆ ਹੋਇਆ। ਹੁਣ ਵੀ ਨਹੀਂ ਫੋਨ ਚਲਾਉਂਦੇ ਉਹ, ਨਾ ਇਹਨਾਂ ਦੇ ਕਾਲਜਾਂ 'ਚ ਜਾਂਦੇ ਨੇ, ਨਾ ਇਹਨਾਂ ਦਾ ਕੁਛ ਵੀ ਨਹੀਂ ਮਤਲਬ ਕਿ ਵਰਤਦੇ, ਇਹਨਾਂ ਦਾ ਆਪਣਾ ਹੀ ਸਾਰਾ ਸਿਸਟਮ। ਦੇਖੋ ਆਹ ਪੁਰਾਤਨ ਲੋਕ ਨੇ, ਆ ਜਿਵੇਂ ਤੁਹਾਨੂੰ ਮੈਂ ਫੋਟੋ ਦਿਖਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅੱਜ ਸ਼ਾਮ ਤੋਂ ਹੀ ਦੁਪਹਿਰ ਤੋਂ ਬਾਅਦ ਇੱਥੇ ਪਹੁੰਚ ਗਏ ਸੀ ਜੀ, ਪ੍ਰਿੰਸ ਐਡਵਰਡ ਆਈਲੈਂਡ। ਅਤੇ ਇਸ ਵੇਲੇ ਬਾਹਰ ਘੁੰਮਣ ਵਾਸਤੇ ਆਇਆ ਜੀ। ਆ ਤੁਹਾਨੂੰ ਸਿੰਘ ਦਿਖਾ ਰਹੇ ਨੇ ਵਿਕਟੋਰੀਆ ਪਾਰਕ, ਅਤੇ ਇਹ ਸਾਰਾ ਸਮੁੰਦਰ ਦਾ ਇਲਾਕਾ ਜੀ। ਸਮੁੰਦਰ 'ਚ ਹੀ ਟਾਪੂ ਪੈਂਦਾ ਹੈ ਅਤੇ ਇਹਦੇ ਚਾਰੇ ਪਾਸੇ ਸਮੁੰਦਰ ਹੈ। ਅਤੇ ਇਸ ਵੇਲੇ ਬਾਹਰ ਆਏ ਹਾਂ, ਮੌਸਮ ਬਹੁਤ ਵਧੀਆ। ਇਸ ਵੇਲੇ ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ ਔਰ ਠੰਡਾ ਮੌਸਮ ਹੋ ਗਿਆ। ਅਤੇ ਹੁਣ ਕੀਰਤਨ ਸਮਾਗਮਾਂ ਤੋਂ ਬਾਅਦ ਸਿੰਘ ਨਾਲ ਸਾਰੇ ਆਏ ਨੇ ਅਤੇ ਬਾਹਰ ਥੋੜ੍ਹਾ ਘੁੰਮਣ ਵਾਸਤੇ ਆਏ ਹਾਂ ਜੀ। ਨਾਲੇ ਆਪ ਜੀ ਵੇਖੋ ਜੀ, ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜੀ। ਸਿੰਘ ਦੱਸਣਗੇ, ਖੁਸ਼ੀ ਦੀ ਗੱਲ ਇਹ ਹੈ ਵੀ ਦੇਖੋ ਕਿੱਥੇ ਕਿੱਥੇ ਆਪਣਾ ਗੁਰੂ ਸਾਹਿਬ ਦੀਆਂ ਫੌਜਾਂ ਹੈ ਜੀ, ਤਿਆਰ ਬਰ ਤਿਆਰ ਫੌਜਾਂ, ਕਿੱਥੇ ਕਿੱਥੇ ਵੀ ਆਪਣੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਜੀ ਦੀ, ਅਤੇ ਕਿੰਨੇ ਸਿੰਘ ਦੇਖੋ ਤਿਆਰ ਬਰ ਤਿਆਰ ਸਾਰੇ। ਇਹ ਸਾਨੂੰ ਅੱਜ ਘੁੰਮਾਉਣ ਵਾਸਤੇ ਲੈ ਕੇ ਆਏ ਨੇ, ਕਿਉਂਕਿ ਇਸ ਟਾਈਮ ਰਾਤ ਦੇ 11 ਵਜੇ ਦਾ ਟਾਈਮ ਹੋ ਗਿਆ ਸ਼ਾਇਦ, ਸਵੇਰੇ ਫਿਰ ਵਾਪਸੀ। ਅਤੇ ਸਫ਼ਰ ਬੜਾ ਲੰਬਾ ਸੀ ਕਿਉਂਕਿ ਅਸੀਂ ਚੱਲੇ ਹਾਂ ਅੱਜ ਸਵੇਰ ਦੇ 3 ਵਜੇ ਅੰਮ੍ਰਿਤ ਵੇਲੇ ਦੇ ਚੱਲੇ ਹਾਂ ਅਤੇ ਹੁਣ ਰਾਤ ਦੇ 11 ਵੱਜ ਗਏ। ਇੱਥੇ ਟਾਈਮ ਦਾ ਵੀ ਫਰਕ ਹੈ ਜਿਵੇਂ ਤੁਹਾਨੂੰ ਪਿਛਲੇ ਵੀਡੀਓ 'ਚ ਦੱਸਿਆ ਸੀ ਅਸੀਂ, ਅਤੇ ਜਿਹੜੀ ਇੱਥੇ ਦੀ ਥੋੜ੍ਹੀ ਗੱਲਬਾਤ ਹੈ ਸਾਡੇ ਵੀਰ ਜੀ ਦੱਸਣਗੇ। ਅਤੇ ਨਾਲ ਕਹਿੰਦੇ ਵੀ ਇਹਨਾਂ ਨੇ ਦੱਸਿਆ ਜੀ ਕਿ ਆਪ ਜੀ ਦਾ ਪਹਿਲਾ ਜੱਥਾ ਹੈ ਕਿ ਜਿਹੜਾ ਵੀ ਇਸ ਧਰਤੀ ਦੇ ਉੱਤੇ
ਇਹ ਸ਼ਹਿਰ ਬਾਰੇ ਵੀ ਦੱਸਣਗੇ ਭਾਜੀ ਹੋਣਾ ਦੇ ਜ਼ਿਆਦਾ ਪਤਾ ਹੋਣਾ ਥੋੜਾ ਜਿਹਾ ਦੱਸ ਦੋ ਜਿਹਨੂੰ ਵੀ ਪਤਾ ਥੋੜਾ ਥੋੜਾ ਮੋਟਾ ਮਾੜਾ ਮੋਟਾ ਹੀ ਕੋਈ ਨਹੀਂ ਜੋ ਵੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੀ ਪ੍ਰਿੰਸ ਐਡਵਰਡ ਆਈਲੈਂਡ ਆਪਣੇ ਈਸਟ ਬੰਨੇ ਆ ਆਪਣੇ ਕੈਨੇਡਾ ਵਿੱਚ ਅਤੇ ਇਹ ਉੱਦਾਂ ਟਾਪੂ ਹੈ ਅਤੇ 1997 'ਚ ਇਹਨਾਂ ਨੇ ਜੋੜਿਆ ਸੀ ਪੁੱਲ ਰਾਹੀਂ ਫਿਰ ਉਸ ਤੋਂ ਬਾਅਦ ਆਪਣੇ ਬਾਏ ਰੋਡ ਇੱਥੇ ਲੋਕ ਆਉਂਦੇ ਨੇ ਅਤੇ ਉਹ ਤੋਂ ਪਹਿਲੇ ਬਾਈ ਸ਼ਿਪ ਆਉਂਦੇ ਸੀ ਸਮੁੰਦਰ ਚ ਬਣਿਆ ਤੇ 11 ਕਿਲੋਮੀਟਰ ਲੰਬਾ ਹੈ ਉਹ 13 ਕਿਲੋਮੀਟਰ ਲੰਬਾ ਤੇ ਹੁਣ ਇੱਥੇ ਇਹ ਭਾਈ ਸਾਹਿਬ ਹੋਰ ਦਾ ਮਹਾਰਾਜ ਦੀ ਕਿਰਪਾ ਨਾਲ ਪਹਿਲਾ ਜੱਥਾ ਜਿਹੜਾ ਇਸ ਧਰਤੀ ਦੇ ਪ੍ਰਿੰਸ ਐਡਵਰਡ ਲੈਣ ਤੇ ਆਏ ਨੇ ਹੁਣ ਤੇ ਮਹਾਰਾਜ ਕਿਰਪਾ ਕਰਨ ਹੁਣ ਆਉਂਦੇ ਰਹਿਣ ਇਹ ਸਾਡਾ ਹੀ ਪ੍ਰਾਲਾ ਸਿੰਘਾਂ ਨੇ ਬੜੇ ਚੜ੍ਹਦੀ ਕਲਾ ਦੇ ਸਾਰੇ ਸਿੰਘ ਹੈ ਜੀ ਬਹੁਤ ਆਨੰਦ ਬਣਿਆ ਇੱਥੇ ਯੂਨੀਵਰਸਿਟੀ ਵੀ ਹੈਗੀ ਜੀ ਕਾਲਜ ਵੀ ਹੈਗਾ ਸਾਰਾ ਕੁਝ ਹੈਗਾ ਤੇ ਸਿੰਘ ਫਿਰ ਪਹਿਲਾਂ ਹੁੰਦਾ ਸੀ ਵੀ ਚਲੋ ਵੀ ਛੇਤੀ ਪੱਕੇ ਹੋ ਜਾਂਦੀ ਸੀ ਇੱਥੇ ਤੇ ਹੁਣ ਥੋੜ੍ਹਾ ਜਿਹਾ ਸਖਤਾਈ ਕਰਤੀ ਇਹਨਾਂ ਨੇ ਅੱਜ ਦਾ ਬਲੌਗ ਤੁਹਾਡੇ ਨਾਲ ਸਾਂਝਾ ਕਰਾਂਗੇ ਕੱਲ੍ਹ ਤੱਕ ਚੱਲੂਗਾ ਜੀ ਬਲੌਗ ਇਹ ਤੁਹਾਡਾ ਸਾਰਿਆਂ ਦੇ ਨਾਲ ਆਓ ਗੱਲਬਾਤ ਕਰਦੇ ਕੱਲ੍ਹ ਫਿਰ ਅਸੀਂ ਸ਼ਾਮ ਨੂੰ ਟੋਰਾਂਟੋ ਪਹੁੰਚ ਜਾਣਾ ਜੀ ਉੱਥੇ ਪ੍ਰਧਾਨ ਸਾਹਿਬ ਇਹ ਵੀਰ ਅਰਸ਼ਜੋਤ ਸਿੰਘ ਜਿਹਨੇ ਸਰੀ ਗੁਰਦੁਆਰੇ ਫੋਨ ਕਰਕੇ ਸਾਡਾ ਨੰਬਰ ਲਿਆ ਤੇ ਇਹ ਕਹਿੰਦਾ ਭਾਈ ਸਾਹਿਬ ਜਿਵੇਂ ਮਰਜ਼ੀ ਆ ਇੱਕ ਦਿਨ ਸਾਡੇ ਇੱਥੇ ਪ੍ਰੋਗਰਾਮ ਜ਼ਰੂਰ ਬਣਾਓ ਕੀਰਤਨ ਦਾ ਪਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਨਹੀਂ ਆਇਆ ਜਾਣਾ ਪਰ ਇਹ ਕਹਿੰਦੇ ਜ਼ਰੂਰ ਭਾਈ ਸਾਹਿਬ ਨੂੰ ਬੇਨਤੀ ਕਰੋ ਅਤੇ ਅਸੀਂ ਫਿਰ ਚਲੋ ਪ੍ਰੋਗਰਾਮ ਬਣਾਇਆ ਇਹਨਾਂ ਦਾ ਉਪਰਾਲਾ ਸਾਰੇ ਸਿੰਘਾਂ ਦਾ ਬਹੁਤ ਵਧੀਆ ਅਤੇ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਹੋਵੇ ਇੱਦਾਂ ਹੀ ਪਤਾ ਹੀ ਚੜ੍ਹਦੀ ਕਲਾ ਰਵੇ ਸਿੰਘਾਂ ਦੀ ਅਤੇ ਜੱਥੇ ਆਉਂਦੇ ਰਹਿਣ ਇਹਨਾਂ ਨੂੰ ਕੀਰਤਨ ਸੁਣਾਉਂਦੇ ਰਹਿਣ ਜਿੰਨੇ ਵੀ ਹਰਿਮੰਦਰ ਸਾਹਿਬ ਦੇ ਜੱਥੇ ਤਕਰੀਬਨ ਇਹਨਾਂ ਦੀ ਇੱਛਾ ਹੈ ਕਿ ਸਾਰੇ ਹੁਣ ਆਉਣ ਜਿੰਨੇ ਵੀ ਨਾਮੀ ਜੱਥੇ ਨੇ ਚਲੋ ਸਾਰੇ ਹੀ ਆਉਣ ਮੈਂ ਦਿਆਂ ਜਿੰਨੇ ਵੀ ਆਉਣ ਇੱਥੇ ਨਾਲੇ ਦਰਸ਼ਨ ਕਰਕੇ ਜਾਣ ਸ਼ਹਿਰ ਵੇਖਣ ਬਹੁਤ ਸੋਹਣਾ ਸ਼ਹਿਰ ਹੈ ਧੰਨਵਾਦ ਭਾਅ ਜੀ ਤੁਹਾਡਾ ਮਤਲਬ ਕੈਨੇਡਾ ਦੇ ਜਿੰਨੇ ਵੀ ਅਲੱਗ ਅਲੱਗ ਛੋਟੇ ਪਹਿਲਾਂ ਦੇਸ਼ ਸੀਗੇ ਜਿਵੇਂ ਨੋਵਾ ਸਕੋਸ਼ੀਆ ਵਗੈਰਾ ਇਹ ਸਾਰੇ ਅਲੱਗ ਅਲੱਗ ਸੀਗੇ ਉਹਨਾਂ ਦੀ ਜਿਹੜੀ ਸੰਧੀ ਹੋਈ ਸੀਗੀ ਪੂਰਾ ਕੈਨੇਡਾ ਜਿਹੜਾ ਜਿੰਨਾ ਅੱਜ ਆ ਉਹਨੂੰ ਪੂਰਾ ਇੱਕ ਦੇਸ਼ ਬਣਾਉਣ ਲਈ ਉਹ ਇਸ ਟਾਪੂ 'ਤੇ ਉਹਨਾਂ ਦੀਆਂ ਸੰਧੀਆਂ ਹੋਈਆਂ ਨੇ ਸਾਰੀਆਂ ਉਹ ਉਹਨਾਂ ਨੇ ਕੈਨੇਡਾ ਤੋਂ ਇੱਧਰ ਆਉਂਦੇ ਸੀਗੇ ਅਤੇ ਇੰਗਲੈਂਡ ਤੋਂ ਬੰਦੇ ਆਉਂਦੇ ਸੀਗੇ ਟਾਪੂ 'ਤੇ ਜੀ ਤੇ ਉਹ ਇੱਥੇ ਆ ਕੇ ਉਹਨਾਂ ਨੇ ਸੰਧੀਆਂ ਕੀਤੀਆਂ ਨੇ ਵੀ ਕੈਨੇਡਾ ਸਾਰੇ ਮਤਲਬ ਦੇਸ਼ਾਂ ਦੀ ਸਰਕਾਰ ਅਤੇ ਬੰਦਿਆਂ ਨੂੰ ਉਹਨਾਂ ਨੇ ਮਨਾਇਆ ਕਿ ਇੱਕਜੁੱਟ ਹੁੰਦੇ ਹਾਂ ਆਪਾਂ ਤਾਂ ਕਿ ਅਮੈਰੀਕਾ ਵਰਗੇ ਦੇਸ਼ਾਂ ਦੇ ਬਰਾਬਰ ਪਹੁੰਚ ਸਕੀਏ ਸਾਰੇ ਦੇਸ਼ਾਂ 'ਤੇ ਮਤਲਬ ਉਹਨਾਂ ਨੇ ਉਹ ਕਰਨ ਲਈ ਉਹ ਇੱਥੇ ਸੰਧੀਆਂ ਹੋਈਆਂ ਨੇ ਇਹ ਇਹਨਾਂ ਨੇ ਅਮੈਰੀਕਾ ਦੀ ਜਿਹੜੀ ਜੰਗ ਹੋਈ ਸੀਗੀ ਵਰਲਡ ਵਾਰ 'ਚ ਸਾਥ ਦੇਣ ਲਈ ਇੱਥੇ ਬੰਦਰਗਾਹ ਦੇ ਤੋਪਾਂ ਵੀ ਇੱਥੋਂ ਕੀਤੀਆਂ ਸੀਗੀਆਂ ਕੈਨੇਡਾ ਨੇ ਜਿਹੜਾ ਜੰਗ 'ਚ ਸਾਥ ਦਿੱਤਾ ਉਹ ਇੱਥੋਂ ਬੜਾ ਮਤਲਬ ਟਾਪੂ ਦਾ ਅਮੈਰੀਕਾ ਦਾ ਜਿਹੜਾ ਟਾਪੂ ਉਹਦੇ ਕਰਕੇ ਹੀ ਮਤਲਬ ਅਮੈਰੀਕਾ ਕੈਨੇਡਾ ਦਾ ਬਹੁਤ ਉਹ ਕਰਦਾ ਆ ਹਰ ਚੀਜ਼ 'ਚ ਮਤਲਬ ਸਾਥ ਦਿੰਦਾ ਆ ਕਿ ਉਮੀਦ 'ਚ ਵੀ ਉੱਦਾਂ ਵੀ ਹਾਂਜੀ ਕਿਉਂਕਿ ਕੈਨੇਡਾ ਨੇ ਇਹਨਾਂ ਦਾ ਬਹੁਤ ਸਾਥ ਦਿੱਤਾ ਅਮਰੀਕਾ ਦਾ ਇੱਧਰੋਂ ਮਤਲਬ ਉਹਨਾਂ ਨੇ ਬੜੀ ਸਹੂਲਤ ਦਿੱਤੀ ਆ ਇਹੀ ਤੋਪਾਂ ਨੇ ਉਹ ਜਿਹਦੇ ਇਹਨਾਂ ਦੀ ਇਹ ਤੋਪਾਂ ਨੇ ਇੱਧਰੋਂ ਜਿਹੜੇ ਬੰਦਰਗਾਹ ਦੇ ਰਾਹੀਂ ਯੂਰੋਪ ਦੀ ਜਿਹੜੀ ਫੌਜ ਆਉਂਦੀ ਸੀਗੀ ਅਮਰੀਕਾ ਕੈਨੇਡਾ 'ਚ ਦੇ ਰਾਹ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਸੀਗੀ ਉਹ ਇਹ ਤੋਪਾਂ ਰਾਹੀਂ ਉਹ ਕਰਦੇ ਸੀਗੇ ਉਹਨਾਂ ਨੂੰ ਰੋਕਦੇ ਸੀਗੇ ਇਹਨਾਂ ਤੋਪਾਂ ਰਾਹੀਂ ਹਮਲਾ ਕਰਕੇ ਠੀਕ ਹੈ ਆਹ ਵੇਖੋ ਜੀ ਆਹੀ ਤੋਪ ਹੈ ਜਿਹਦੇ ਅੱਗੇ ਖੜਾ ਮੈਂ ਇੱਕ ਤੋਪ ਨਹੀਂ ਹੈਗੀ ਜੀ ਇਹ
ਇੱਧਰ ਛੋਟਾ ਜਿਹਾ ਏਅਰਪੋਰਟ ਹੈ, ਬਿਲਕੁਲ ਛੋਟਾ ਜਿਹਾ। 5-7 ਮਿੰਟ 'ਚ ਅਟੈਚੀ ਜਮ੍ਹਾਂ ਹੋ ਗਿਆ, 5-7 ਮਿੰਟਾਂ ਸਿਕਿਉਰਿਟੀ ਕਰਾ ਕੇ ਅਤੇ ਆਪਾਂ ਅੰਦਰ ਆ ਗਏ। ਬਸ ਇੰਨਾ ਕੁ ਏਅਰਪੋਰਟ ਹੈ, ਤੁਸੀਂ ਇਹ ਦੇਖ ਰਹੇ ਜਿੰਨਾ ਆ ਪਿੱਛੇ ਇੰਨੀਆਂ ਕੁ ਚੇਅਰਾਂ ਲੱਗੀਆਂ। ਇਹੀ ਏਅਰਪੋਰਟ ਹੈ, ਛੋਟਾ ਜਿਹਾ ਟਾਊਨ ਹੈ ਜਿੱਥੇ ਅਸੀਂ ਆਏ ਸੀਗੇ। ਅਤੇ ਹੁਣ ਇੱਥੋਂ ਸਾਡੀ ਫਲਾਈਟ ਬੋਰਡਿੰਗ ਸਟਾਰਟ ਹੋਣੀ ਆ 8:50 'ਤੇ, ਅਤੇ ਮਿੰਟ ਰਹਿ ਗਏ ਸਾਡੇ ਕੋਲ 10। ਅਤੇ ਆਪ ਜੀ ਨਾਲ ਗੱਲਬਾਤ ਕਰ ਰਹੇ। ਇੱਕ ਸਾਡਾ ਹੋਰ ਚੈਨਲ ਹੈ ਪਰਮਪ੍ਰੀਤ ਸਿੰਘ ਵਿਰਕ, ਉਹ ਵੀ ਬੱਚੇ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਪਰਮਪ੍ਰੀਤ ਸਿੰਘ ਚੈਨਲ ਦਾ ਨਾਮ ਹੈ। ਅਤੇ ਇਸ ਟਾਈਮ ਅਸੀਂ ਏਅਰਪੋਰਟ ਪਹੁੰਚ ਗਏ ਹਾਂ, ਅਤੇ ਇੱਦਾਂ ਜੁੜੇ ਰਹਿਣਾ ਤੁਸੀਂ, ਫਿਰ ਅਗਲੀ ਗੱਲਬਾਤ ਨਾਲ ਕਰਾਂਗੇ ਤੁਹਾਡੇ ਨਾਲ ਨਾਲ, ਕਿਉਂਕਿ ਇੱਥੋਂ ਇਹ ਜਿਹੜੀ ਫਲਾਈਟ ਉਹ ਵੀ ਛੋਟੀ ਜਾਂਦੀ ਹੈ, ਵੱਡੀ ਫਲਾਈਟ ਨਹੀਂ, ਬਹੁਤ ਛੋਟੀ ਫਲਾਈਟ ਹੈ। ਬੱਸ ਨਾਲੋਂ ਵੀ ਛੋਟੀ ਲੱਗਦੀ ਆ, ਇੰਨੀ ਛੋਟੀ ਫਲਾਈਟ ਜਾ ਰਹੀ ਹੈ। ਏਅਰਪੋਰਟ 'ਤੇ ਆ ਗਏ ਜੀ, ਅਤੇ ਅੱਜ ਦਾ ਸਫ਼ਰ ਇੱਥੇ ਹੀ ਹੁਣ ਆਪਾਂ ਖਤਮ ਕਰਾਂਗੇ। ਸਵੇਰੇ ਪ੍ਰਿੰਸ ਐਡਵਰਡ ਏਅਰਲਾਈਨ ਤੋਂ ਆਪਾਂ ਸ਼ੁਰੂ ਕੀਤਾ ਸੀ, ਔਰ ਹੁਣ ਇੱਥੇ ਟੋਰਾਂਟੋ ਵਿਖੇ ਇਹ ਸਫ਼ਰ ਖਤਮ ਹੋ ਰਿਹਾ ਜੀ, ਕਿਉਂਕਿ ਇੱਥੇ ਰਾਤ ਦੇ ਸਮਾਗਮ ਨੇ, ਬਾਹਰ ਲੈਣ ਵਾਸਤੇ ਗੁਰਮੁਖ ਪਿਆਰੇ ਆਏ ਹੋਣੇ। ਇਸ ਵੇਲੇ ਆਪਾਂ ਹੁਣ ਇੱਥੇ ਹੀ ਬਲੌਗ ਖਤਮ ਕਰੀਏ, ਫਿਰ ਅਗਲੇ ਬਲੌਗ ਵਿੱਚ ਮਿਲਦੇ ਹਾਂ। ਅਤੇ ਬਹੁਤ ਵਧੀਆ ਜੀ, ਚੜ੍ਹਦੀ ਕਲਾ ਦੇ ਨਾਲ ਅੱਜ ਦਾ ਇਹ ਸਫ਼ਰ ਹੋਇਆ। ਅਤੇ ਸਤਿਸੰਗ ਜੀ, ਇਸ ਚੈਨਲ ਨੂੰ ਜੋ ਆਪ ਸਰਵਣ ਕਰਦੇ ਹੋ, ਆਪ ਵੇਖਦੇ ਹੋ, ਔਰ ਇਸ ਨੂੰ ਵੱਧ ਤੋਂ ਵੱਧ ਹੋਰ ਸੰਗਤ ਤੱਕ ਵੀ ਪਹੁੰਚੇ, ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਲਾਈਕ ਕਰੋ, ਤਾਂ ਜੋ ਇਹ ਸੰਗਤਾਂ ਤੱਕ ਪਹੁੰਚ ਸਕੇ। ਉਹ ਇਹ ਬੇਨਤੀ ਹੈ, ਸਤਿਗੁਰੂ ਕਿਰਪਾ ਕਰਨ। ਫਿਰ ਆਪਾਂ ਅਗਲੇ ਬਲੌਕਾਂ 'ਚ ਗੱਲਬਾਤ ਕਰਾਂਗੇ, ਇਸ ਵੇਲੇ ਇਹ ਬਲੌਕ ਇੱਥੇ ਖਤਮ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।